ਹਾਂਜੀ ਸਤਿ ਸ੍ਰੀ ਅਕਾਲ ਜੀ ਆ ਫੇਰ ਉਹ ਗੱਲ ਵੀ ਜਿਵੇਂ ਕੰਪਲੀਟ ਕੀਤੀ ਕਿ ਤੂੰ ਡਰਾਈਵਰਾਂ ਵਾਸਤੇ ਨਹੀਂ ਵੀਡੀਓ ਪਾਉਂਦਾ ਕੰਪਨੀਆਂ ਵਾਸਤੇ ਪਾਈ ਜਾਂਦਾ ਫਿਰ ਡਰਾਈਵਰਾਂ ਵਾਸਤੇ ਇੱਕ ਤੇ ਹੈਗਾ ਡਰਾਈਵਰ ਵੀ ਉਹਨੂੰ ਸਾਰਾ ਕੰਮ ਆਉਦਾ ਉਹਨੂੰ ਡਿਸਪੈਚ ਕਰਦੇ ਆ ਲੌਗ ਬੁੱਕ ਤੇ ਕੋਈ ਗਲਤੀ ਨਹੀਂ ਆਉਂਦੀ ਮਹੀਨਿਆਂ ਬੱਧੀ ਕਿਤੇ ਮਜਬੂਰੀ ਪੈ ਜਾਂਦੀ ਤੇ ਪਰਸਨਲ ਪਾ ਲੈਂਦਾ ਮਾੜੀ-ਮੋਟੀ ਹੈਨਾ ਕਦੀ ਮਹੀਨਿਆਂ ਬੱਧੀ ਬੱਧੀ ਸਾਰਾ ਕੁਝ ਸਹੀ ਆ ਲੈਟ ਲੋਡ ਵੀ ਆਪ ਹੀ ਬਦਲ ਦਿੰਦਾ ਸਭ ਕੁਝ ਪ੍ਰੋਫੈਸ਼ਨਲ ਡਰਾਈਵਰ ਜਿਹਨੂੰ ਕਹਿੰਦੇ ਇੱਕ ਡਰਾਈਵਰ ਐਵੇਂ ਦਾ ਵਾ ਉਹਨੂੰ ਲੌਗ ਬੁੱਕ ਵੀ ਨਹੀਂ ਬਣਾਉਣੀ ਆਉਂਦੀ ਉਹਨੂੰ ਕਿਸੇ ਨੇ ਟ੍ਰੇਨਿੰਗ ਹੀ ਨਹੀਂ ਦਿੱਤੀ ਲਾਈਟ ਵੀ ਸੜ ਜੇ ਤਾਂ ਕਹਿੰਦਾ ਮੇਰਾ ਕੰਮ ਟਰੱਕ ਚਲਾਉਣਾ ਆ ਲਾਈਟ ਆਪੇ ਬਦਲ ਆ ਹਣਾ ਵੀ ਉੱਥੇ 200 ਡਾਲਰ ਵੀ ਲਵਾ ਦੇਣਾ ਲਾਈਟ ਬਦਲਣ ਤੇ ਹਣਾ ਇਨਸਪੈਕਸ਼ਨ ਵੀ ਨਹੀਂ ਕਰਨੀ ਜਿਹੜੀ 파ੜ ਹੋ ਜਾਵੇ ਉਹ ਸਟੀering ਹੋਲਡਰ ਕਹਿੰਦੇ ਨੂੰ ਠੀਕ ਹਨ ਡਰਾਈਵਰ ਨਹੀਂ ਹੰਦੇ ਡਰਾਈਵਰ ਦੀਆਂ ਜੌਬ ਦੇ ਜਿਹੜੇ ਰਿਸਪੌਂਸਿਬਿਲਟੀਜ਼ ਹੁੰਦੀਆਂ ਹਨ ਤੁਸੀਂ ਕਦੇ ਵੀ ਐਡ ਦੇਖਿਓ ਜਾ ਕੇ ਜਿਹੜੀਆਂ ਪ੍ਰੋਫੈਸ਼ਨਲ ਐਡਾਂ ਮੈਂ ਵੀ ਨਹੀਂ ਵੀ ਉਹ ਜਿਹੜੇ ਨੀਡਡ ਡਰਾਈਵਰ ਇਨ ਨਾਈਟ ਉਹਦੇ ਵਿੱਚ ਰਿਕੁਆਇਰਮੈਂਟ ਦੱਸੀ ਹੁੰਦੀਆਂ ਕਿ ਕੀ ਆ ਡਰਾਈਵਰ ਦੀ ਰਿਕੁਆਇਰਮੈਂਟ ਕੁਝ ਕੁ ਵਾਜੜੀਆਂ ਉੱਪਰ ਲਿਓ ਪੜ ਲੀਆਂ ਇੱਕ ਤੇ ਉਹਨੂੰ ਕਾਨੂੰਨ ਦਾ ਪਤਾ ਹੋਵੇ ਡਿਊਟੀ ਦਾ ਲੌਗ ਬੁੱਕ ਵਗੈਰਾ ਬਣਾਉਣੀ ਹੁੰਦੀ ਹੋਵੇ ਹੁਣ ਸਾਰਾ ਕੁਝ ਇਹ ਪਤਾ ਹੋਵੇ ਡਰਾਈਵਰ ਨੂੰ ਉਹ ਲੌਗ ਬੁੱਕ ਬਣਾਉਣੀ ਆ ਦੀ ਇਨਸਪੈਕਸ਼ਨ ਕਰਨੀ ਆਉਂਦੀ ਹੋਵੇ ਹੈਂਡੀ ਹੋਵੇ ਹੈਂਡੀ ਦਾ ਮਤਲਬ ਹੈ ਕਿ ਜੇ ਲਾਈਟ ਸੜ ਗਈ ਲਾਈਟ ਬਦਲ ਲੈ ਠੀਕ ਆ ਤੇ ਇਨਸਪੈਕਸ਼ਨ ਕਰਨੀ ਆਉਣੀ ਚਾਹੀਦੀ ਆ ਜੇ ਕੋਈ ਖਰਾਬ ਹੋ ਰੋ ਥੋੜਾ ਬਹੁਤ ਪਤਾ ਨੇ ਜਿਹਦੇ ਕਿੱਥੇ ਲੈ ਕੇ ਕਿਵੇਂ ਗੱਲ ਕਰਨੀ ਆ ਪਾਰਟ ਦਾ ਨਾਮ ਪਤਾ ਜਿਹਨੂੰ ਇਨਸਪੈਕਸ਼ਨ ਨਹੀਂ ਕਰਨੀ ਆਉਂਦੀ ਉਹਨੂੰ ਕੀ ਪਤਾ ਵੀ ਇਅਰ ਗਵਰਨਰ ਕਿੱਥੇ ਆ ਤੇ ਕਿਵੇਂ ਪਤਾ ਲੱਗੂਗਾ ਵੀ ਲੀਕ ਆ ਸੋ ਤੁਸੀਂ ਦੱਸੋ ਵੀ ਫਿਰ ਬੰਦੇ ਆ ਕੇ ਕਹਿੰਦੇ ਵੀ ਬੇ ਸਾਨੂੰ ਸੇਮ ਚਾਹੀਦੀ ਆ ਪੇ ਗੱਲ ਇਹੋ ਹੀ ਆ ਫਿਰ ਡਿਮਾਂਡ ਐਂਡ ਸਪਲਾਈ ਮੇਰੇ ਮਗਰ ਨਾ ਪੈਜੋ ਪਲੀਜ਼ ਗੱਲ ਹੈਗੀ ਡਿਮਾਂਡ ਐਂਡ ਸਪਲਾਈ ਦੀ ਡਿਮਾਂਡ ਇੱਥੇ ਹੈਗੀ ਆ ਡਰਾਈਵਰਾਂ ਦੀ ਹੈਣਾ ਸਪਲਾਈ ਘਟਿਆ ਹੁਣ ਲੋਕੀ ਦੇ ਦਿੰਦੇ ਪੈਸੇ ਪਰ ਬੰਦਾ ਦੇਖਦਾ ਜਾ ਰਿਹਾ ਇਹਦੇ ਮੈਂ 200 ਡਾਲਰ ਦੀ ਤੇ ਲਾਈਟ ਹੀ ਪਵਾਤੀ ਇਹਨੇ ਇਨਸਪੈਕਸ਼ਨ ਨਹੀਂ ਕੀਤੀ ਤੇ ਟਾਇਰ ਪਾੜ ਗਿਆ ਮੈਨੂੰ ਤਾਂ ਪਤਾ ਲੱਗਾ ਟਾਇਰ ਖਾਦੇ ਦਾ ਦੱਸਿਆ ਨਹੀਂ ਇਹਨੇ ਹੈਣਾ ਇਹ ਸਾਰਾ ਫਿਰ ਡਰਾਈਵਰ ਨੇ ਦੱਸਣਾ ਹੁੰਦਾ ਫਿਰ ਟਾਇਰ ਖਾਦਾ ਜਾ ਰਿਹਾ ਮੈਂ ਵੀ ਇਹ ਗੱਲਾਂ ਹੁਣ ਪਹਿਲਾਂ ਹੀ ਪੀ ਖਰਾਬ ਹੋਣ ਤੋਂ ਪਹਿਲਾਂ ਦੱਸਣਾ ਵੀ ਅੱਖ ਲੱਗਦਾ ਖਰਾਬ ਹੋ ਜਾਣਾ ਤੇ ਬੰਦਾ ਸਹੀ ਕਰਾ ਲੈਂਦਾ ਫਿਰ ਉਹ ਬੰਦੇ ਪਤਾ ਕੀ ਕਰਦੇ ਜਿੱਦਣ ਫਿਰ ਉਹ ਕਿਤੇ ਨਾ ਕਿਤੇ ਬੰਪਰ ਟੁੱਟਦਾ ਸ਼ੀਸ਼ਾ ਟੁੱਟਦਾ ਜਾਂ ਪੈਰ ਟੱ ਡੇਗਦਾ ਫਿਰ ਉਹ ਪੈਸੇ ਕੱਢ ਲੈਂਦੇ ਲੋਕੀ ਸੋ ਆਪਾਂ ਟ੍ਰੇਨਡ ਹੋ ਜਾਈਏ ਹਨਾ ਟ੍ਰੇਨਡ ਹੋਣਾ ਜੋ ਬਹੁਤ ਜ਼ਿਆਦਾ ਜ਼ਰੂਰੀ ਆ ਜੇ ਤੁਹਾਨੂੰ 4 ਮਹੀਨੇ ਤੋਂ ਵੱਧ ਇੱਕ ਕੰਪਨੀ 'ਚ ਹੋ ਗਿਆ ਵਾ ਇੰਨਾ ਕੰਮਾਂ 'ਚ ਤੁਹਾਨੂੰ ਇੱਕ ਵੀ ਕੰਮ ਨਹੀਂ ਆਉਂਦਾ ਮਤਲਬ ਇੱਕ ਵੀ ਐਵੇਂ ਦਾ ਕੰਮ ਕਰ ਜਣਾ ਨਹੀਂ ਆਉਂਦਾ ਨਾ ਕੰਮ ਛੱਡ ਦੋ ਦੂਜੀ ਕੰਪਨੀ ਚ ਲੱਭੋ ਲੱਭੋ ਜਿੱਥੇ ਤੁਹਾਨੂੰ ਟ੍ਰੇਨ ਕੀਤਾ ਜਾਵੇ ਟ੍ਰੇਨਿੰਗ ਤੋਂ ਬੜਾ